ਅਸਲਾਮ ਵਾਲੇਕੁਮ ਦੋਸਤੋ, ਮੈਂ ਅਬਦੁਲ ਰਹਿਮਾਨ ਲਿਆਕਤ, ਤੁਹਾਨੂੰ ਪੰਜਾਬੀ ਦੇ ਨੰਬਰ 1 ਟੈਕ ਚੈਨਲ ਟੀ ਜ਼ੋਨ 'ਤੇ ਖੁਸ਼ਾਮਦੀਦ ਆਖਦਾ ਵਾਂ। ਦੋਸਤੋ, ਅੱਜ ਤੁਹਾਡੇ ਵਾਸਤੇ ਮੈਂ ਬਹੁਤ ਹੀ ਕਮਾਲ ਦਾ ਟੈਕਨੀਕਲ ਲੇਕਿਨ ਬਹੁਤ ਹੀ ਆਸਾਨ ਤਰੀਕਾ, ਆਟੋਮੈਟਿਕ ਤਰੀਕਾ ਅਰਨਿੰਗ ਦਾ ਲੈ ਕੇ ਆਇਆ ਵਾਂ। ਤੁਹਾਨੂੰ ਕੋਈ ਸਕਿੱਲ ਨਹੀਂ ਚਾਹੀਦੀ, ਨਾ ਹੀ ਤੁਹਾਨੂੰ ਕੋਈ ਸਕਿੱਲ ਸਿੱਖਣ ਦੀ ਲੋੜ ਹੈ। ਤੁਹਾਡੇ ਕੋਲ ਮੋਬਾਈਲ ਜਾਂ ਕੰਪਿਊਟਰ ਜਾਂ ਲੈਪਟਾਪ ਕੋਈ ਵੀ ਇਹਨਾਂ ਵਿੱਚੋਂ ਇੱਕ ਚੀਜ਼ ਹੋਣੀ ਚਾਹੀਦੀ ਹੈ, ਅਤੇ ਮੋਬਾਈਲ ਸਾਡੇ ਕੋਲ ਹਰ ਇੱਕ ਕੋਲ ਹੁੰਦਾ ਹੈ। ਇਸ ਵਾਸਤੇ ਤੁਹਾਡੇ ਵਾਸਤੇ ਕੰਮ ਕਰਨਾ ਬਿਲਕੁਲ ਵੀ ਮੁਸ਼ਕਲ ਨਹੀਂ ਹੈ। ਅਤੇ ਦੋਸਤੋ, ਅੱਜ ਜਿਹੜੀ ਵੈਬਸਾਈਟ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਜਿਸ ਜ਼ਰੀਏ ਤੁਸੀਂ ਅਰਨਿੰਗ ਕਰ ਸਕਦੇ ਹੋ, ਉਸ ਵੈਬਸਾਈਟ ਦਾ ਨਾਮ ਹੈ wix.com। ਨਵੇਂ ਟੈਬ 'ਤੇ ਆਉਣ ਤੋਂ ਬਾਅਦ ਇੱਥੇ ਆ ਕੇ ਸਾਨੂੰ ਲਿਖ ਲੈਣਾ ਵਿਕਸ WIXLOGOMAKER ਵਿਕਸ ਲੋਗੋ ਮੇਕਰ, ਅਤੇ ਐਂਟਰ ਕਰ ਦੇਣਾ। ਇਹ ਸਾਡੇ ਸਾਹਮਣੇ ਵੈਬਸਾਈਟ ਆ ਜਾਏਗੀ। ਪਹਿਲੀ ਵੈਬਸਾਈਟ ਨੂੰ ਓਪਨ ਕਰ ਲੈਣਾ। ਇੱਥੇ ਸਿੰਪਲ ਤੁਸੀਂ ਕੀ ਕਰਨਾ, ਆਪਣੇ ਲੋਗੋ ਬਣਾਉਣੇ ਨੇ, ਅਤੇ ਬਿਲਕੁਲ ਫਰੀ ਬਣਾਉਣੇ ਨੇ। ਤੁਹਾਡੇ ਸਾਹਮਣੇ ਤੁਹਾਨੂੰ ਮੈਂ ਬਣਾ ਕੇ ਦਿਖਾਉਣਾ ਤੁਸੀਂ ਕਿਸ ਤਰ੍ਹਾਂ ਲੋਗੋ ਬਣਾਉਣੇ ਨੇ। ਕੋਈ ਮੁਸ਼ਕਲ ਕੰਮ ਨਹੀਂ ਹੈ, ਕੋਈ ਤੁਹਾਡੇ ਕੋਲ ਟੈਕਨੀਕਲ ਨੌਲੇਜ ਨਹੀਂ ਹੋਣਾ ਚਾਹੀਦਾ। ਤੁਸੀਂ ਬਸ ਸਿਲੈਕਸ਼ਨ ਕਰਦਿਆਂ ਜਾਣਾ। ਤੁਹਾਡੇ ਸਾਹਮਣੇ ਕਾਫੀ ਸਾਰੀਆਂ ਆਪਸ਼ਨਸ ਨੇ, ਕਾਫੀ ਸਾਰੇ ਕਲਰ ਨੇ, ਹਰ ਤਰ੍ਹਾਂ ਦਾ ਫੋਂਟ ਸਟਾਈਲ ਹੈ, ਫੋਂਟ ਸਾਈਜ਼ ਹੈ। ਤੁਸੀਂ ਬਸ ਕੀ ਕਰਨਾ, ਚੁਣਦਿਆਂ ਜਾਣਾ ਕਿ ਇਹ ਚੀਜ਼ ਠੀਕ ਹੈ ਜਾਂ ਇਹ ਚੀਜ਼ ਠੀਕ ਹੈ। ਉਹਨੂੰ ਸਾਰੇ ਉਹਨੇ ਇੱਕ ਜਗ੍ਹਾ 'ਤੇ ਮਿਕਸ ਕਰਨਾ, ਇੱਕ ਲੋਗੋ ਬਣ ਜਾਏਗਾ। ਉਸ ਲੋਗੋ ਤੋਂ ਅੱਗੋਂ ਤੁਸੀਂ ਅਰਨਿੰਗ ਕਰਨੀ ਹੈ। ਕਿਸ ਤਰ੍ਹਾਂ ਅਸਾਂ ਕੀ ਕਰਨਾ, ਇਸ ਵੈਬਸਾਈਟ 'ਤੇ ਆਉਣ ਤੋਂ ਬਾਅਦ ਕੀ ਕਰਨਾ, ਸੱਜੇ ਪਾਸੇ ਲਿਖਿਆ ਕ੍ਰੀਏਟ ਯੂਰ ਲੋਗੋ, ਇਹਦੇ ਉੱਤੇ ਆ ਕੇ ਕਲਿੱਕ ਕਰ ਲੈਣਾ। ਕ੍ਰੀਏਟ ਆ ਲੋਗੋ 'ਤੇ ਕਲਿੱਕ ਕਰਨ ਤੋਂ ਬਾਅਦ ਉਹ ਸਾਨੂੰ ਪੁੱਛ ਰਿਹਾ ਕਿ ਲੋਗੋ ਤੁਸੀਂ ਖੁਦ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਪ੍ਰੋਫੈਸ਼ਨਲ ਡਿਜ਼ਾਈਨਰ ਹਾਇਰ ਕਰਨਾ ਚਾਹੁੰਦੇ ਹੋ। ਅਸਾਂ ਕੀ ਕਰਨਾ, ਕ੍ਰੀਏਟ ਆ ਲੋਗੋ ਬਾਈ ਯੋਰ ਸੈਲਫ, ਅਸੀਂ ਆਪ ਲੋਗੋ ਬਣਾਉਣਾ ਚਾਹੁੰਦੇ ਹਾਂ, ਅਸਾਂ ਕੋਈ ਪ੍ਰੋਫੈਸ਼ਨਲ ਹਾਇਰ ਨਹੀਂ ਕਰਨਾ। ਕਿਉਂਕਿ ਅਗਰ ਪ੍ਰੋਫੈਸ਼ਨਲ ਹਾਇਰ ਕਰਾਂਗੇ ਫਿਰ ਉਹਨੂੰ ਪੈਸੇ ਦੇਣੇ ਪੈਣਗੇ, ਲੇਕਿਨ ਇੱਥੇ ਅਸਾਂ ਖੁਦ ਲੋਗੋ ਬਣਾਉਣਾ। ਇੱਥੇ ਕੀ ਕਰਨਾ, ਕ੍ਰੀਏਟ ਆ ਲੋਗੋ 'ਤੇ ਕਲਿੱਕ ਕਰ ਲੈਣਾ। ਅਤੇ ਇੱਥੇ ਲੋਗੋ ਬਣਾਉਣਾ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਣਾ, ਆਪਣਾ ਅਕਾਊਂਟ ਬਣਾਉਣਾ ਪੈਣਾ। ਆਪਣਾ ਅਕਾਊਂਟ ਬਣਾਉਣ ਵਾਸਤੇ ਅਸੀਂ ਕੀ ਕਰਨਾ, ਕੰਟੀਨਿਊ ਵਿਦ ਗੂਗਲ ਜਾਂ ਕੰਟੀਨਿਊ ਵਿਦ ਫੇਸਬੁੱਕ। ਅਤੇ ਅਸਾਂ ਕੀ ਕਰਨਾ, ਕੰਟੀਨਿਊ ਵਿਦ ਗੂਗਲ ਕਰਨਾ, ਕਿਉਂਕਿ ਫੇਸਬੁੱਕ ਜਿਹੜਾ ਅਕਾਊਂਟ ਹੈ ਕਦੀ ਵੀ ਕਿਸੇ ਵੀ ਟਾਈਮ ਤੁਹਾਡਾ ਸਸਪੈਂਡ ਹੋ ਸਕਦਾ, ਉਹ ਇੰਨਾ ਸਿਕਿਓਰ ਨਹੀਂ ਹੈ। ਇਸ ਵਾਸਤੇ ਮੇਰੀ ਸੁਜੈਸ਼ਨ ਇਹ ਹੀ ਹੈ ਕਿ ਤੁਸੀਂ ਹਮੇਸ਼ਾ ਕੰਟੀਨਿਊ ਵਿਦ ਗੂਗਲ ਕਰਨਾ। ਇੱਥੇ ਸਾਨੂੰ ਕਹੇਗਾ ਕਿ ਆਪਣਾ ਜੀਮੇਲ ਅਕਾਊਂਟ ਚੂਜ਼ ਕਰੋ ਜਿਹਦੇ ਉੱਤੇ ਤੁਸੀਂ ਆਪਣਾ ਵਿਕਸ ਅਕਾਊਂਟ ਬਣਾਉਣਾ ਚਾਹੁੰਦੇ ਹੋ। ਅਸੀਂ ਕੀ ਕਰਨੇ ਆ, ਅਕਾਊਂਟ ਨੂੰ ਸਿਲੈਕਟ ਕਰ ਲੈਂਦੇ ਹਾਂ, ਤਾਂ ਇੱਥੇ ਸਾਡਾ ਅਕਾਊਂਟ ਆਟੋਮੈਟਿਕਲੀ ਬਣ ਜਾਏਗਾ। ਇੱਥੇ ਉਹ ਕੀ ਕਹਿ ਰਿਹਾ ਕਿ ਜਿਹੜਾ ਤੁਸੀਂ ਲੋਗੋ ਬਣਾਉਣਾ ਚਾਹੁੰਦੇ ਹੋ ਜਿਸ ਕੰਪਨੀ ਦਾ, ਜਿਸ ਬ੍ਰਾਂਡ ਦਾ, ਉਹਦਾ ਇੱਥੇ ਨੇਮ ਲਿਖੋ। ਅਸੀਂ ਇੱਥੇ ਨੇਮ ਲਿਖ ਲੈਂਦੇ ਹਾਂ ਜੀ DIGIZON। ਨੇਮ ਅਸੀਂ ਇੱਥੇ ਲਿਖਣੇ ਸਿਰਫ ਡੀ ਅਤੇ ਜ਼ੈੱਡ, ਠੀਕ ਹੈ। ਜਾਂ ਮੁਕੰਮਲ ਨੇਮ ਵੀ ਤੁਸੀਂ ਲਿਖ ਸਕਦੇ ਹੋ, ਜੋ ਤੁਹਾਨੂੰ ਪਸੰਦ ਹੋ ਉਸ ਤਰ੍ਹਾਂ ਲਿਖ ਸਕਦੇ ਹੋ। ਅਸੀਂ ਲਿਖ ਲੈਂਦੇ ਹਾਂ DIGIZON। ਮੁਤਲਿਫ ਟਰਾਈਆਂ ਕਰਕੇ ਦੇਖ ਲੈਂਦੇ ਅਸੀਂ ਕਿਸ ਤਰ੍ਹਾਂ ਬਣੇਗਾ। ਇੱਥੇ ਤੁਸੀਂ ਆਪਣੀ ਟੈਗ ਲਾਈਨ ਲਿਖ ਲੈਣੀ ਹੈ, ਜਿਹੜੇ ਮੋਸਟਲੀ ਜਿਹੜੇ ਹੁੰਦੇ ਨਾ ਅਕਸਰ ਲੋਗੋ ਦੇ ਥੱਲੇ ਇੱਕ ਲਾਈਨ ਜੀ ਲਿਖੀ ਹੁੰਦੀ ਹੈ, ਜਿਸ ਤਰ੍ਹਾਂ ਸਾਡੀ ਲਾਈਨ ਡੂ ਡਿਫਰੈਂਟਲੀ DO DIFFERENTLY। ਨੇਮ ਲਿਖਿਆ, ਟੈਗ ਲਾਈਨ ਲਿਖੀ ਅਤੇ ਲੈਟਸ ਗੋ 'ਤੇ ਕਲਿੱਕ ਕਰ ਦਿੱਤਾ। ਐਡ ਯੂਰ ਬਿਜ਼ਨਸ ਆਰ ਇੰਡਸਟਰੀ ਟੂ ਗੈਟ ਦਾ ਬੈਸਟ ਆਪਸ਼ਨ ਫਾਰ ਯੂ। ਇੱਥੇ ਅਸੀਂ ਆਪਣੀ ਕੀ ਲਿਖਣੀ, ਇੰਡਸਟਰੀ ਲਿਖਣੀ ਹੈ। ਇੰਡਸਟਰੀ ਸਾਡੀ ਕੀ ਹੈ, ਐਜੂਕੇਸ਼ਨ EDUCATION ਐਜੂਕੇਸ਼ਨ ਟਾਈਪ ਚੈਨਲ ਹੈ, ਠੀਕ ਹੈ, ਐਜੂਕੇਸ਼ਨਲ ਵੀਡੀਓਜ਼। ਨੈਕਸਟ, ਹਾਊ ਸ਼ੁੱਡ ਯੂਰ ਲੋਗੋ ਲੁੱਕ ਐਂਡ ਫੀਲ, ਕਿ ਤੁਹਾਨੂੰ ਕੀ ਕਿ ਤੁਸੀਂ ਕੀ ਚਾਹੁੰਦੇ, ਤੁਹਾਡਾ ਲੋਗੋ ਕਿਸ ਟਾਈਪ ਦਾ ਹੋਣਾ ਚਾਹੀਦਾ। ਅਸੀਂ ਕਹਿ ਲੈਂਦੇ ਕ੍ਰੀਏਟਿਵ ਹੋਣਾ ਚਾਹੀਦਾ ਜਾਂ ਟੈਕੀ ਹੋਣਾ ਚਾਹੀਦਾ ਜਾਂ ਟਾਈਮਲੈਸ, ਮਾਡਰਨ, ਫਰੈਸ਼, ਫਾਰਮਲ, ਹਾਈਪਸਟਰ, ਬਹੁਤ ਸਾਰੀਆਂ ਆਪਸ਼ਨਾਂ ਨੇ। ਇੱਥੋਂ ਕੋਈ ਵੀ ਇੱਕ ਆਪਸ਼ਨ ਸਿਲੈਕਟ ਕਰ ਲੈਣੀ ਹੈ, ਜਿਸ ਤਰ੍ਹਾਂ ਅਸੀਂ ਕਰ ਲੈਂਦੇ ਹਾਂ ਕ੍ਰੀਏਟਿਵ। ਕ੍ਰੀਏਟਿਵ 'ਤੇ ਕਲਿੱਕ ਕਰਨ ਤੋਂ ਬਾਅਦ ਕੀ ਕਰ ਦੇਣਾ, ਨੈਕਸਟ 'ਤੇ ਕਲਿੱਕ ਕਰ ਦੇਣਾ। ਵਿਚ ਆਫ ਦੀਜ਼ ਲੋਗੋਜ਼ ਡੂ ਯੂ ਫੀਲ ਬੈਟਰ, ਕਿ ਤੁਸੀਂ ਇਸ ਤਰ੍ਹਾਂ ਦਾ ਲੋਗੋ ਚਾਹੁੰਦੇ ਹੋ ਜਾਂ ਇਸ ਤਰ੍ਹਾਂ ਦਾ ਚਾਹੁੰਦੇ ਹੋ। ਸਾਨੂੰ ਮੈਨੂੰ ਲੱਗ ਰਿਹਾ ਕਿ ਇਹ ਥੋੜ੍ਹਾ ਬਿਹਤਰ ਹੈ, ਇਹਦੇ ਉੱਤੇ ਸਿਲੈਕਟ ਕਰ ਲੈਂਦੇ ਹਾਂ। ਉਸ ਤੋਂ ਬਾਅਦ ਉਹ ਕੀ ਕਹਿ ਰਿਹਾ, ਵਿਚ ਆਫ ਦੀਜ਼ ਲੋਗੋਜ਼ ਡੂ ਯੂ ਲਾਈਕ ਬੈਟਰ, ਇਹ ਜਾਂ ਇਹ, ਅਸੀਂ ਕਰਨੇ ਹਾਂ ਇਹ। ਉਸ ਤੋਂ ਬਾਅਦ ਉਹ ਕਹਿ ਰਿਹਾ ਕਿ ਇਸ ਇਹਨਾਂ ਦੋਨਾਂ ਵਿੱਚੋਂ ਤੁਹਾਡੀ ਕੀ ਪ੍ਰੈਫਰੈਂਸ ਹੈ, ਅਸੀਂ ਕਰਨੇ ਹਾਂ ਇਹ। ਉਸ ਤੋਂ ਬਾਅਦ ਕਹਿ ਰਿਹਾ ਕਿ ਇਹਨਾਂ ਦੋਨਾਂ ਵਿੱਚ ਤੁਹਾਡੀ ਕਿਹੜੀ ਪ੍ਰੈਫਰੈਂਸ ਹੈ, ਇਹ ਜਾਂ ਇਹ, ਅਸੀਂ ਕਰ ਲੈਂਦੇ ਹਾਂ ਜੀ ਇਹ।
ਨੈਕਸਟ ਕਹਿ ਰਿਹਾ ਕਿ ਇਹਨਾਂ ਦੋਨਾਂ ਵਿੱਚ ਤੁਹਾਨੂੰ ਕਿਹੜਾ ਅੱਛਾ ਲੱਗ ਰਿਹਾ, ਇਹ ਥੋੜ੍ਹਾ ਜ਼ਿਆਦਾ ਅੱਛਾ ਲੱਗ ਰਿਹਾ, ਇਹਨੂੰ ਸਿਲੈਕਟ ਕਰ ਲਿਆ। ਅਤੇ ਇਸ ਤਰ੍ਹਾਂ ਤੁਹਾਡੇ ਕੋਲ ਕੁਝ ਤੁਹਾਡੀਆਂ ਆਪਸ਼ਨ ਪੁੱਛੇਗਾ ਕਿਸ ਤਰ੍ਹਾਂ ਦੇ ਲੋਗੋ ਤੁਹਾਨੂੰ ਪਸੰਦ ਨੇ ਜਾਂ ਕਿਸ ਤਰ੍ਹਾਂ ਦਾ ਲੋਗੋ ਤੁਸੀਂ ਬਣਾਉਣਾ ਚਾਹੁੰਦੇ ਹੋ। ਉਸ ਤੋਂ ਬਾਅਦ ਸਾਡੀ ਚੋਇਸ ਦੇ ਮੁਤਾਬਕ ਉਹ ਸਾਡਾ ਲੋਗੋ ਬਣਾ ਰਿਹਾ। ਇੱਥੇ ਥੋੜ੍ਹਾ ਵੇਟ ਕਰਨਾ ਪਵੇਗਾ, ਵੇਟ ਕਰਨ ਤੋਂ ਬਾਅਦ ਸਾਡੇ ਸਾਹਮਣੇ ਕਾਫੀ ਸਾਰੇ ਆਪਸ਼ਨਸ ਆ ਜਾਣਗੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਉਹਨੇ ਕਾਫੀ ਲੋਗੋ ਬਣਾ ਕੇ ਦੇ ਦਿੱਤੇ ਨੇ, ਡਿਜੀਜ਼ੋਨ, 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 ਇਹ ਸਾਰੇ ਲੋਗੋ ਉਹਨੇ ਬਣਾ ਕੇ ਦੇ ਦਿੱਤੇ ਨੇ। ਇਹਨਾਂ ਵਿੱਚ ਜਿਹੜਾ ਲੋਗੋ ਤੁਹਾਨੂੰ ਬਸ ਇੰਨਾ ਕੰਮ ਸੀ ਤੁਹਾਡਾ ਲੋਗੋ ਬਣ ਗਿਆ। ਜਿਹੜਾ ਲੋਗੋ ਤੁਹਾਨੂੰ ਪਸੰਦ ਆਵੇ, ਜਿਹੜਾ ਲੋਗੋ ਤੁਹਾਨੂੰ ਠੀਕ ਲੱਗੇ, ਉਹਨੂੰ ਕੀ ਕਰਨਾ, ਇੱਥੇ ਕਸਟਮਾਈਜ਼ ਕਰ ਲੈਣਾ, ਮਜ਼ੀਦ ਚੇਂਜਿੰਗ ਕਰਨੀ ਉਹ 'ਚ ਚੇਂਜਿੰਗ ਕਰ ਸਕਦੇ ਹੋ, ਜਾਂ ਉਹਨੂੰ ਤੁਸੀਂ ਡਾਊਨਲੋਡ ਕਰ ਲੈਣਾ। ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਉਹਦੇ ਤੋਂ ਅਰਨਿੰਗ ਕਿਸ ਤਰ੍ਹਾਂ ਕਰਨੀ, ਉਹ ਵੀ ਤਰੀਕਾ ਤੁਹਾਨੂੰ ਮੈਂ ਸਮਝਾਉਂਦਾ ਵਾਂ। ਪਹਿਲਾਂ ਤੁਸੀਂ ਦੇਖ ਲਓ ਕਿ ਅਸੀਂ ਆਪਣਾ ਲੋਗੋ ਬਣਾਉਣਾ ਕਿਸ ਤਰ੍ਹਾਂ, ਇਹ ਸਾਰਾ ਤਰੀਕਾ ਹੋ ਗਿਆ ਬਣਾਉਣ ਦਾ। ਇੱਥੇ ਬਹੁਤ ਸਾਰੇ ਲੋਗੋ ਬਣਾ ਕੇ ਉਹਨੇ ਸਾਨੂੰ ਦੇ ਦਿੱਤੇ ਨੇ, ਕਿਸੇ ਵੀ ਲੋਗੋ 'ਤੇ ਕਲਿੱਕ ਕਰਕੇ ਉਹਨੂੰ ਅਸੀਂ ਕਸਟਮਾਈਜ਼ ਕਰ ਸਕਦੇ ਹਾਂ। ਇਹਨਾਂ ਵਿੱਚ ਪਹਿਲਾਂ ਪਸੰਦ ਕਰ ਲੈਣਾ ਚਾਹੁੰਦਾ ਕਿ ਤੁਹਾਨੂੰ ਕਿਹੜਾ ਅੱਛਾ ਲੱਗ ਰਿਹਾ, ਫਿਰ ਉਹਨੂੰ ਕੀ ਕਰਾਂਗੇ ਅੱਗੋਂ ਅਸੀਂ ਕਸਟਮਾਈਜ਼ ਕਰਾਂਗੇ। ਅਗਰ ਉਹਦੇ ਵਿੱਚ ਕੋਈ ਚੇਂਜਿੰਗ ਸਾਨੂੰ ਲੱਗ ਗਈ ਕਿ ਅਸੀਂ ਚੇਂਜਿੰਗ ਕਰਨਾ ਚਾਹੁੰਦੇ ਹਾਂ ਤਾਂ ਚੇਂਜਿੰਗ ਕਰ ਲਵਾਂਗੇ, ਅਗਰ ਨਹੀਂ ਲੱਗਣੀ, ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਠੀਕ ਹੈ ਤਾਂ ਉਹ ਜੀ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿਆਂਗੇ। ਇਹਨਾਂ ਵਿੱਚ ਕਾਫੀ ਸਾਰੇ ਲੋਗੋ ਨੇ ਕੋਈ ਵੀ ਇੱਕ ਸਿਲੈਕਟ ਕਰ ਲੈਣਾ, ਉਹਦੇ ਉੱਤੇ ਕਲਿੱਕ ਕਰਕੇ ਤਾਂ ਉਹਨੂੰ ਕੀ ਕਰਨਾ, ਕਸਟਮਾਈਜ਼ ਯੋਰ ਲੋਗੋ 'ਤੇ ਕਲਿੱਕ ਕਰ ਲੈਣਾ। ਇਹ ਲੋਗੋ ਸਾਡੇ ਕੋਲ ਬਣ ਚੁੱਕੇ ਆ। ਅਗਰ ਅਸੀਂ ਨੈਕਸਟ ਕਰਕੇ ਦੇਖੀਏ ਤਾਂ ਸਾਡੇ ਕੋਲ ਡਿਜ਼ਾਈਨ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਦਾ ਲੱਗੇਗਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬੜਾ ਅਟਰੈਕਟਿਵ ਲੱਗ ਰਿਹਾ। ਉਸ ਤੋਂ ਬਾਅਦ ਅਗਰ ਨੈਕਸਟ ਕਰਨੇ ਆ ਅਸੀਂ ਤਾਂ ਸਾਡਾ, ਅਗਰ ਕਿਸੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ ਤਾਂ ਫਿਰ ਸਾਡਾ ਇਸ ਤਰ੍ਹਾਂ ਦਾ ਲੱਗੇਗਾ। ਇਹ ਇੰਸਟਾਗ੍ਰਾਮ ਦਾ ਅਕਾਊਂਟ ਹੈ ਪੀ, ਇਹ ਸਾਡੀ ਪ੍ਰੋਫਾਈਲ ਪਿਕਚਰ ਹੈ, ਪ੍ਰੋਫਾਈਲ ਉੱਤੇ ਸਾਡਾ ਇਹ ਲੋਗੋ ਇਸ ਤਰ੍ਹਾਂ ਦਾ ਲੱਗੇਗਾ। ਉਸ ਤੋਂ ਬਾਅਦ ਆ ਜਾਂਦੇ ਅਸੀਂ ਨੈਕਸਟ 'ਤੇ, ਤਾਂ ਇੱਥੇ ਸਾਡੇ ਕੋਲ ਇਹ ਲੋਗੋ ਸਾਡਾ ਇਸ ਤਰ੍ਹਾਂ ਦਾ ਲੱਗੇਗਾ। ਨੈਕਸਟ ਅਗਰ ਕਿਸੇ ਟੀ ਸ਼ਰਟ 'ਤੇ ਇਹਨੂੰ ਪੇਸਟ ਕਰਨਾ ਤਾਂ ਉਹਦੇ ਉੱਤੇ ਸਾਡਾ ਲੋਗੋ ਇਸ ਤਰ੍ਹਾਂ ਦਾ ਲੱਗੇਗਾ। ਇਹ ਹੋ ਗਿਆ ਸਿੰਪਲੀ ਸਾਨੂੰ ਲੋਗੋ ਬਣਾਉਣਾ ਕਿਸ ਤਰ੍ਹਾਂ, ਲੋਗੋ ਬਣਾਉਣ ਤੋਂ ਬਾਅਦ ਤੋਂ ਅਸੀਂ ਅਰਨਿੰਗ ਕਿਸ ਤਰ੍ਹਾਂ ਕਰ ਸਕਦੇ ਹਾਂ। ਸਿੰਪਲੀ ਆ ਜਾਣਾ ਤੁਹਾਨੂੰ ਫ੍ਰੀਲਾਂਸਿੰਗ ਵੈਬਸਾਈਟਸ 'ਤੇ ਜਿਹੜੀ ਸਾਡੇ ਕੋਲ ਨੇ FIVER, ਇਹਨੂੰ ਓਪਨ ਕਰ ਲੈਣਾ। ਉਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਵੈਬਸਾਈਟ ਹੈ ਅਪਵਰਕ। ਉਸ ਤੋਂ ਬਾਅਦ ਅਪਵਰਕ ਤੋਂ ਇਲਾਵਾ ਇੱਕ ਹੋਰ PEOPLE ਪੀਪਲ ਪਰ ਆਰ ਤੋਂ ਇਲਾਵਾ ਇੱਕ ਹੋਰ ਵੈਬਸਾਈਟ ਸਾਡੇ ਕੋਲ guru.com। 3-4 ਪਲੇਟਫਾਰਮ ਨੇ ਜਿਨ੍ਹਾਂ ਉੱਤੇ ਤੁਸੀਂ ਇਹ ਸਰਵਿਸ ਸੇਲ ਕਰਕੇ ਅਤੇ ਆਪਣੀ ਅਰਨਿੰਗ ਜਨਰੇਟ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਫਾਈਵਰ ਇਹਦੇ ਉੱਤੇ ਆ ਕੇ ਸਿੰਪਲੀ ਸਾਂ ਕੀ ਕਰ ਲੈਣੇ, ਇੱਥੇ ਸਰਚ ਕਰਨੇ ਆ ਅਸੀਂ ਲੋਗੋ। ਲੋਗੋ ਲੈ ਕੇ ਅਗਰ ਅਸੀਂ ਇਸ 'ਤੇ ਸਰਚ ਕਰੀਏ ਤਾਂ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਗਿਗਸ ਆ ਗਈਆਂ ਨੇ ਜਿਹੜੇ ਬੰਦੇ ਸਿਰਫ ਲੋਗੋ ਬਣਾ ਕੇ ਦੇ ਰਹੇ ਨੇ ਅਤੇ ਅਰਨਿੰਗ ਕਰ ਰਹੇ ਨੇ। ਇਹ ਬੰਦਾ 2000 ਰੁਪਇਆ ਕਮਾ ਰਿਹਾ ਇੱਕ ਲੋਗੋ ਦਾ, ਇਹ ਵੀ 2000, ਇਹ 8000, ਇਹ 9000। ਇਸ ਤੋਂ ਇਲਾਵਾ ਬਹੁਤ ਸਾਰੇ ਇੱਥੇ ਬੰਦੇ ਨੇ, ਗਿਗਸ ਨੇ ਜਿਹੜੇ ਸਿੰਪਲੀ ਲੋਗੋ ਬਣਾ ਕੇ ਦੇ ਰਹੇ ਅਤੇ ਅਰਨਿੰਗ ਕਰ ਰਹੇ ਨੇ ਅਤੇ ਅੱਛੀ ਖਾਸੀ ਅਮਾਊਂਟ ਵੀ ਕਰ ਰਹੇ। ਜਿਹੜੇ ਬਿਲਕੁਲ ਪ੍ਰੋ ਲੈਵਲ ਦੇ ਨੇ ਉਹ ਤਾਂ ਲੱਖਾਂ ਵਿੱਚ ਕਰ ਰਹੇ ਨੇ, ਜਿਹੜੇ ਨਾਰਮਲ ਲੋਗੋ ਬਣਾ ਰਹੇ ਜਿਸ ਤਰ੍ਹਾਂ ਦਾ ਸਾਨੂੰ ਲੋਗੋ ਬਣਾਏ ਸਨ, ਉਹ ਵੀ ਬੰਦੇ 10000, 11000, 12000 ਇੰਨੀ ਅਰਨਿੰਗ ਕਰ ਰਹੇ ਨੇ। ਇਸ ਤੋਂ ਇਲਾਵਾ ਅਗਰ ਅਸੀਂ ਪਾਪਵਰਕ 'ਤੇ ਆ ਜਾਂਦੇ ਹਾਂ, ਇੱਥੇ ਆ ਕੇ ਵੀ ਅਸੀਂ ਸਰਚ ਕਰਨੇ ਹਾਂ ਲੋਗੋ, ਤਾਂ ਉਦੋਂ ਹੀ ਸਾਨੂੰ ਪਤਾ ਚੱਲ ਜਾਏਗਾ ਕਿ ਇੱਥੇ ਅਰਨਿੰਗ ਕਿੰਨੀ ਹੋ ਰਹੀ ਹੈ, ਇੱਥੇ ਸਰਵਿਸ ਕਿੰਨੀ ਸੇਲ ਹੋ ਰਹੀ ਹੈ। ਸਿੰਪਲੀ ਤਰ੍ਹਾਂ ਲਿਖ ਲੈਣਾ ਲੋਗੋ, LOGO। ਲੋਗੋ ਲਿਖਣ ਤੋਂ ਬਾਅਦ ਲੋਗੋ ਡਿਜ਼ਾਈਨ ਕਰ ਲਓ ਜਾਂ ਲੋਗੋ ਡਿਜ਼ਾਈਨਰ ਕਰ ਲਵੋ, ਸਰਚ ਕਰ ਲਵੋ, ਅਤੇ ਇੱਥੇ ਸਾਡੇ ਸਾਹਮਣੇ ਕਾਫੀ ਸਾਰੀ ਆਪਸ਼ਨ ਆ ਜਾਣਗੇ। ਇੱਥੇ ਬੰਦਾ $31 ਪਰ ਆਰ ਇੱਥੇ ਜਿਹੜਾ ਉਹਨੂੰ ਲੋਗੋ ਡਿਜ਼ਾਈਨਰ ਚਾਹੀਦਾ। ਉਸ ਤੋਂ ਇਲਾਵਾ ਇੱਥੇ ਤੁਸੀਂ ਦੇਖ ਸਕਦੇ ਹੋ ਪਰ ਆਰ ਬੰਦੇ ਇੱਥੇ ਕਿੰਨੇ ਚਾਰਜ ਕਰ ਰਹੇ ਨੇ ਲੋਗੋ ਡਿਜ਼ਾਈਨਰ ਦੇ, ਲੋਗੋ ਡਿਜ਼ਾਈਨ ਕਰਕੇ ਦੇਣ ਦੇ ਕਿੰਨੇ ਕਿੰਨੇ ਡਾਲਰ ਬੰਦੇ ਇੱਥੋਂ ਚਾਰਜ ਕਰ ਰਹੇ ਨੇ, $32 ਪਰ ਆਰ, $50 ਪਰ ਆਰ। ਉਸ ਤੋਂ ਇਲਾਵਾ ਥੱਲੇ ਸਾਰੀਆਂ ਗਿਗਸ ਨੇ ਜਿਹੜੇ 40 ਤੋਂ ਸ਼ੁਰੂ ਹੋ ਰਹੀਆਂ ਨੇ, $30 to $9 ਤੋਂ। ਤਾਂ ਇੱਥੇ ਸਾਡੇ ਕੋਲ ਕਾਫੀ ਸਾਰੀ ਵਰਾਇਟੀਜ਼ ਨੇ, ਕਾਫੀ ਸਾਰੀਆਂ ਵੈਬਸਾਈਟਸ ਨੇ ਜਿਨ੍ਹਾਂ ਜ਼ਰੀਏ ਅਸੀਂ ਇੱਥੋਂ ਅਰਨਿੰਗ ਕਰ ਸਕਦੇ ਹਾਂ, ਸਿਰਫ ਸਿੰਪਲੀ ਲੋਗੋ ਬਣਾ ਕੇ ਦੇ ਕੇ। ਅਤੇ ਲੋਗੋ ਵੀ ਅਸੀਂ ਖੁਦ ਨਹੀਂ ਬਣਾਉਣੇ, ਵੈਬਸਾਈਟ ਕੋਲ ਬਣਵਾਉਣੇ ਨੇ, ਅਤੇ ਉਹ ਲੋਗੋ ਇੱਥੇ ਆ ਕੇ ਅਸਾਂ ਸੇਲ ਆਊਟ ਕਰ ਦੇਣੇ ਨੇ। ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ, ਜਿਵੇਂ ਸਿੰਪਲ ਤੁਸੀਂ ਲੋਗੋ ਬਣਾ ਕੇ ਦੇ ਕੇ ਅਤੇ ਅਰਨਿੰਗ ਕਰ ਸਕਦੇ ਹੋ। ਅਤੇ ਮੈਂ ਉਮੀਦ ਕਰਨਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਆਪਣੇ ਚੈਨਲ ਡਿਜੀਜ਼ੋਨ ਨੂੰ ਲਾਈਕ ਕਰੋ, ਡਿਜੀਜ਼ੋਨ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਮਜ਼ੀਦ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਆਟੋਮੈਟਿਕਲੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੁਹਾਡੇ ਨਾਲ ਮੁਲਾਕਾਤ ਹੋਏਗੀ ਮੇਰੀ ਹੁਣ ਅਗਲੀ ਵੀਡੀਓ ਵਿੱਚ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ। ਆਪਣਾ ਅਤੇ ਆਪਣੇ ਘਰ ਵਾਲਿਆਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ। ਅਗਲੀ ਵੀਡੀਓ ਤੱਕ ਰੱਬ ਰਾਖਾ।